ਸਤਿ ਸ਼੍ਰੀ ਅਕਾਲ ਲੋਕ ਰਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪ੍ਰਮਿੰਦਰ ਸਿੰਘ ਰਾਏ ਪਰ ਪ੍ਰਮਿੰਦਰ ਜੀ ਜੀ ਆ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਧੰਨਵਾਦ ਗੁਰਜਿੰਦਰ ਜੀ ਜੀ ਦਰਸ਼ਕੋ ਜੋ ਮੁੱਖ ਖਬਰਾਂ ਨੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਕਿ ਜੋ ਤਕਰੀਬਨ 295 ਦੇ ਤਕਰੀਬਨ ਨੇੜੇ ਕਿਸਾਨ ਜਾਨ ਗਵਾ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਊਗੀ ਯੋਗਤਾ ਦੇ ਆਧਾਰ ਤੇ ਉੱਤੇ ਸੀਐਮ ਚੰਨੀ ਵੱਲੋਂ ਨਵੇਂ ਐਲਾਨ ਨਿਤ ਕੀਤੇ ਜਾ ਰਹੇ ਤੇ ਨਵਜੋਤ ਸਿੰਘ ਸਿੱਧੂ ਦੀ ਆਪਣੀ ਸਰਕਾਰ ਦੇ ਵਿੱਚ ਇਹ ਘੇਰਾਬੰਦੀ ਸ਼ੁਰੂ ਹੋਊਗੀ ਚਾਰ ਮੰਤਰੀ ਜਾ ਕੇ ਕੇ ਸੀ ਵਿਨੋਪਾਲ ਨੂੰ ਮਿਲੇ ਕਿਹੜੇ ਮੰਤਰੀ ਆ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਬੇਅਦਬੀ ਦਾ ਟਰਾਮਾ ਪਿਛਲੇ ਦਿਨੀ ਸਾਹਮਣੇ ਆਈਆਂ ਸੀ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰੀ ਸੀ ਉਹਨੂੰ ਲੈ ਕੇ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਫਤੇਜੰਗ ਬਾਜਵਾ ਜੋ ਕਾਦੀਆਂ ਨਾਲ ਸੰਬੰਧਤ ਨੇ ਕੁਝ ਦਿਨ ਪਹਿਲਾਂ ਬੀਜੇਪੀ ਚ ਸ਼ਾਮਲ ਹੋ ਗਏ ਸੀ ਪ੍ਰਧਾਨ ਮੰਤਰੀ ਨੂੰ ਉਹਨੇ ਪੱਤਰ ਲਿਖਿਆ ਕਿ ਜੋ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਸਭ ਤੋਂ ਪਹਿਲਾਂ ਪਰਮਿੰਦਰ ਜੀ ਇੱਥੋਂ ਹੀ ਪੰਜਾਬ ਸਰਕਾਰ ਨੇ ਫੈਸਲਾ ਲਿਆ ਫੈਸਲੇ ਚ ਕਈ ਅਹਿਮ ਐਲਾਨ ਨੇ ਇੱਕ ਤਾਂ ਕਿ ਜੋ ਕਿਸਾਨ ਪਰਿਵਾਰ 295 ਤਕਰੀਬਨ ਜੋ ਜਾਨ ਗੋ ਆ ਚੁੱਕੇ ਨੇ ਕਿਸਾਨ ਉਹਨਾਂ ਦੇ ਬੱਚਿਆਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀ ਦਿੱਤੀ ਜਾਊਗੀ। ਦੇਖੋ ਚੋਣਾ ਨੇੜੇ ਆ ਰਹੀਆਂ ਨੇ ਗੁਰਜਿੰਦਰ ਜੀ ਦਾ ਲੋਕਾਂ ਦਾ ਜਿਹੜਾ ਆਪਾਂ ਕਹਿ ਲਓ ਰੁਝਾਨ ਹੈ ਆਪਣੇ ਵੱਲ ਮੋੜਨ ਵਾਸਤੇ ਰੁਝਾਨ ਜਿਹੜਾ ਕਾਂਗਰਸ ਵੱਲ ਕਰਨ ਵਾਸਤੇ ਜਾਂ ਕਾਂਗਰਸ ਤਾਂ ਨਹੀਂ ਚਲੋ ਆਪਾਂ ਕਹਿ ਸਕਦੇ ਕਿ ਜੰਨੀ ਸਾਹਿਬ ਖੁਦ ਕਹਿੰਦੇ ਕਿ ਮੈਂ ਮੇਰੇ ਵਾਲੇ ਪਾਸੇ ਮੈਂ ਵਾਅਦਾ ਨਹੀਂ ਕਰਦਾ ਜਾਂ ਮੈਂ ਐਲਾਨ ਕਰਦਾ ਜਾਂ ਮੈਂ ਨੋਟੀਫਿਕੇਸ਼ਨ ਜਾਰੀ ਕਰਤਾ ਬਾਅਦ ਚਾਹੇ ਕਾਂਗਰਸ ਦਾ ਨਾਮ ਦਿੰਦੇ ਨੇ ਜਾਂ ਕੈਬਨਿਟ ਦਾ ਨਾਮ ਲੈ ਦਿੰਦੇ ਨੇ ਸੋ ਚੰਨੀ ਸਾਹਿਬ ਨੇ ਆਪਣੇ ਵਾਲੇ ਪਾਸੇ ਮੂੰਹ ਮੋੜਨ ਲਈ ਲੋਕਾਂ ਦਾ ਜਾਂ ਲੋਕਾਂ ਦਾ ਹਾਂ ਪੱਖੀ ਹੰਗਾਰਾ ਲੈਣ ਵਾਸਤੇ ਇਹ ਐਲਾਨ ਤੱਕ ਰਹੀ ਜਾ ਰਹੇ ਨੇ ਐਲਾਨ ਕੋਈ ਨਵੇਂ ਨਹੀਂ ਹੋਏ ਹੁਣ ਜਿਵੇਂ ਨਵੇਂ ਤੁਸੀਂ ਕਹਤਾ ਕਿ ਜਿਹੜੇ ਕਿਸਾਨਾਂ ਨੂੰ ਨੌਕਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਨੌਕਰੀਆਂ ਦਾ ਘਰ ਘਰ ਚਾਹੀਦਾ ਹੈ ਰੋਜ਼ਗਾਰ ਦਾ ਘਰ ਘਰ ਦੀ ਗੱਲ ਕੋਈ ਸੀਗੀ ਉਹ ਵੀ ਕਾਂਗਰਸ ਨੇ ਨਹੀਂ ਕੀਤੀ ਸੀ ਬਿਲਕੁਲ ਤੇ ਉਹ ਜੇ ਉਹਦੇ ਤੇ ਵਿਚਾਰ ਕੀਤਾ ਜਾਵੇ ਤਾਂ ਤਕਰੀਬਨ ਤਕਰੀਬਨ ਸਭ ਨੂੰ ਹੀ ਨੌਕਰੀ ਚਾਹੀਦੀ ਹੈ ਘਰਾਂ ਦੇ ਵਿੱਚ ਤਾਂ ਅੱਜ ਜਿਹੜਾ ਖੇਤੀ ਧੰਦਾ ਹੈਗਾ ਉਹ ਇੰਨਾ ਪਰਫੁੱਲਟ ਨਹੀਂ ਰਿਹਾ ਇੰਨਾ ਆਪਾਂ ਕਹਿ ਲੋਗੇ ਉਹਨੂੰ ਆਪਾਂ ਮੰਨ ਨਹੀਂ ਸਕਦੇ ਕਿ ਸੋਰਸ ਆਫ ਇਨਕਮ ਇਦਾਂ ਦਾ ਬਣ ਜੇ ਉਹਦੇ ਨਾਲ ਖੇਤੀ ਦੇ ਨਾਲ ਜਿਨ੍ਹਾਂ ਕੋਲ ਹੈ ਲਾਹੇਵੰਦ ਨਹੀਂ ਰਿਹਾ ਜਿਨ੍ਹਾਂ ਕੋਲ ਹੈ ਬਹੁਤ ਜ਼ਿਆਦਾ ਜ਼ਮੀਨ ਹੈਗੀ ਆ ਵੱਡੇ ਨੇ ਜਿਹੜੇ ਜਿਹੜੇ ਆਪਾਂ ਕਹਿ ਰਹੋ ਕਿ ਜ਼ਗੀਰਦਾਰੀ ਕਹਿ ਲੋ ਸਿਸਟਮ ਜਿਨ੍ਹਾਂ ਨੇ ਆਪਣਾ ਆਇਆ ਹੋਇਆ ਜ਼ਮੀਨਾਂ ਬਹੁਤ ਨੇ ਅੱਗੇ ਕੰਮੇ ਰੱਖੇ ਹੋਏ ਨੇ ਜਾਂ ਕਿਸੇ ਤਰੀਕੇ ਨਾਲ ਉਹਨਾਂ ਨੂੰ ਤਾਂ ਕਹਿ ਸਕਦੇ ਆ ਇੱਕ ਆਪਾਂ ਕਿ ਉਹਨਾਂ ਲਈ ਮੁਨਾਫੇ ਦਾ ਇਸ ਹੋ ਸਕਦਾ ਧੰਦਾ ਲੇਕਿਨ ਚਾਹੇ ਛੋਟਾ ਜ਼ਮੀਂਦਾਰ ਆ ਕੋਈ ਕਿਸਾਨ ਆ ਚਾਹੇ ਕੋਈ ਮਜ਼ਦੂਰ ਆ ਚਾਹੇ ਮੁਲਾਜ਼ਮ ਵਰਗ ਆ ਕਿਸੇ ਵੀ ਤਰ੍ਹਾਂ ਦਾ ਆ ਉਹਨੂੰ ਹਰ ਹਰ ਇੱਕ ਨੂੰ ਨੌਕਰੀ ਤਾਂ ਚਾਹੀਦੀ ਐ ਖਾਸ ਕਰ ਜਦੋਂ ਤੁਸੀਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਦੇ ਹੋ ਤਾਂ ਸਭ ਨੂੰ ਨੌਕਰੀ ਚਾਹੀਦੀ ਐ ਜਿਹੜੇ ਪੀੜਤ ਨੇ ਇਦਾਂ ਦੇ ਉਹਨਾਂ ਨੂੰ ਪਹਿਲ ਦੇ ਦੋ ਬਾਕੀ ਬਾਕੀਆਂ ਨੂੰ ਦੂਜੇ ਨੰਬਰ ਤੇ ਰੱਖ ਕੇ ਨੌਕਰੀਆਂ ਦਾ ਪ੍ਰੋਵਾਈਡ ਕਰੋ ਨਾ ਤੁਸੀਂ ਗਾਰ ਤਾਂ ਦਿਓ ਹੁਣ ਨਵਾਂ ਵਾਅਦਾ ਇੱਕ ਹੋਰ ਨਾਲ ਵੀ ਕਰਤਾ ਕਿ 1 ਸਾਲ ਦੇ ਵਿੱਚ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ 1 ਲੱਖ ਨੌਕਰੀ ਦਵਾਂਗੇ ਹੁਣ ਸਾਲ ਕਿਹਦੇ ਕੋਲ ਐ ਯਾ ਤਾਂ ਇਹਨਾਂ ਨੇ ਆਪ ਹੀ ਤੈਅ ਕਰਿਆ ਹੋਇਆ ਕਿ ਮੈਂ ਸਾਲ ਦੁਆਰਾ ਫੇਰ ਕਾਂਗਰਸ ਦੀ ਸਰਕਾਰ ਆਉਗੀ ਅਸੀਂ ਫੇਰ ਨੌਕਰੀਆਂ ਦਵਾਵਾਂਗੇ ਹੁਣ ਇਦਾਂ ਦੇ ਐਲਾਨ ਆ 9 ਤਰੀਕ ਨੂੰ ਕਹਿੰਦੇ ਕੋਡ ਆਫ ਕੰਡਕਟ ਲੱਗ ਜਾਣਾ ਹੂੰ ਜੇ ਪੀਟ ਤੁਹਾਨੂੰ ਨੌਕਰੀ ਦੇਣ ਦੇਣੀ ਵੀ ਹੈਗੀ ਹੈ ਤਾਂ ਉਹ ਕਦੋਂ ਦੇਣੀ ਹੈ ਅੱਜ 2 ਜਾਂ 3 ਦਿਨਾਂ ਬਾਅਦ ਕਹਿ ਲੋ ਜੇ ਲੌਕਡਾਊਨ ਲੱਗ ਜਾਂਦਾ ਹੈ ਤਾਂ ਇਹਨਾਂ ਦਾ ਪ੍ਰੋਸੈਸੇ ਨਹੀਂ ਪੂਰਾ ਹੋਣਾ ਫਿਲਹਾਲ ਦੀ ਗੱਡੀ ਸੋ ਐਲਾਨ ਥੋੜੇ ਜੇ ਵੱਧ ਹੋ ਰਹੇ ਨੇ ਇੰਪਲੀਮੈਂਟ ਥੋੜਾ ਘੱਟ ਹੋ ਰਿਹਾ ਹੈ ਜੀ ਇੰਪਲੀਮੈਂਟ ਦਾ ਮਤਲਬ ਐ ਕਹ ਲੋ ਨਾਂ ਦੇ ਬਰਾਬਰ ਹੀ ਹੋ ਰਿਹਾ ਹੈ ਫਿਲਹਾਲ ਦੀ ਘੜੀ ਸੋ ਇਦਾਂ ਦੇ ਹੋਰ ਵੀ ਲਭਾ ਮਣੇ ਜਿਹੜੇ ਆਪਾਂ ਕਹਿ ਲੋ ਕਿ ਬਾਅਦ ਇਹ ਦਾਵੇ ਐਲਾਨ ਕੀਤੇ ਗਏ ਨੇ ਜਿਵੇਂ ਆਸ਼ਾ ਵਰਕਰ ਨੇ ਜਾਂ ਅੰਗਨਵਾੜੀ ਵਰਕਰ ਨੇ ਉਹਨਾਂ ਦੇ ਪੱਤੇ ਤੋਂ ਥੋੜਾ ਬਹੁਤਾ ਵਧਾਇਆ ਤੇ ਨਾਲ ਇਹ ਵੀ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਦਾ ਇੰਟਰਨੈਟ ਯੂਜ਼ ਹੁੰਦਾ ਜਿਨ੍ਹਾਂ ਨੂੰ ਆਨਲਾਈਨ ਕਲਾਸ ਲੱਗਦੀਆਂ ਕਾਲਜ ਪੜ੍ਹਦੇ ਸਟੂਡੈਂਟ ਉਹਨਾਂ ਨੂੰ 2000 ਦਿੱਤਾ ਜਾਊਗਾ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਲਾਨ ਕੀਤੇ ਗਏ ਨੇ ਲੋੜ ਇਹ ਆ ਕਿ ਸਭ ਤੋਂ ਪਹਿਲਾਂ ਪੰਜਾਬ ਦੀ ਦਿੱਖਣ ਜਿਹੜੀ ਹੈਗੀ ਆ ਉਹ ਜ਼ਮੀਨੀ ਪੱਧਰ ਤੇ ਉਹ ਨਿਖਾਰੀ ਜਾਣੀ ਚਾਹੀਦੀ ਆ ਇੱਥੋਂ ਦੇ ਲੋਕਾਂ ਦਾ ਜੀਵਨ ਰਹਿਣ ਸਹਿਣ ਜਿਹੜਾ ਉਹਨੂੰ ਸੁਧਾਰੋ ਉਹਦੇ ਵਿੱਚ ਉਦੋਂ ਬਾਅਦ ਦੀਆਂ ਗੱਲਾਂ ਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਟੈਕਨੀਕਸ ਨਵੀਆਂ ਲੈਣੀਆਂ ਨੇ ਜਾਂ ਕੁਝ ਹੋਰ ਕਰਨਾ ਉਹ ਵੱਖਰੀਆਂ ਅੰਗ ਚੀਜ਼ਾਂ ਨੇ ਹਾਲੇ ਤਾਂ ਤੁਸੀਂ ਬੁਨਿਆਦੀ ਲੋੜਾਂ ਨਹੀਂ ਪੂਰੀਆਂ ਕਰ ਸਕੇ ਪੰਜਾਬ ਦੇ ਲੋਕਾਂ ਦੀਆਂ ਉਹਨਾਂ ਦੇ ਵਿੱਚ ਹੀ ਲੋਕਾਂ ਨੂੰ ਉਲਝਾਰ ਕੇ ਘਰ ਨਹੀਂ ਕਿਸੇ ਕੋਲ ਤੇ ਕਿਸੇ ਕੋਲ ਖਾਣ ਨੂੰ ਪੈਸੇ ਨਹੀਂ ਹੈਗੇ ਕਿਉਂਕਿ ਰੋਜੀ ਰੋਟੀ ਨਹੀਂ ਹੈਗੀ ਰੋਜ਼ਗਾਰ ਤਾਂ ਹੈ ਹੀ ਇੱਕ ਰੋਜ਼ਗਾਰ ਤਾਂ ਹੈ ਹੀ ਨਹੀਂ ਉਹ ਤਾਂ ਕਹਿ ਲੋ ਬਾਹਰਲੇ ਹੋਰ ਵੀ ਨਵੀਂ ਕਰਦੀ ਇੱਕ ਚੀਜ਼ ਜਿਹੜੇ ਬਾਹਰ ਜਾਣਾ ਚਾਹੁੰਦੇ ਆਂ ਜੀ ਕਹਿੰਦੇ ਅਸੀਂ ਮਦਦ ਕਰਾਂਗੇ ਅਜੰਟਾਂ ਦੇ ਰੂਪ ਚ ਜਿਹੜੇ ਉਹ ਠੱਗ ਬੈਠੇ ਨੇ ਉਹਨਾਂ ਨੂੰ ਰਾਹਤ ਮਿਲੂਗੀ ਹੁਣ ਮੈਨੂੰ ਨਹੀਂ ਪਤਾ ਕਿ ਬਾਹਰ ਲੋਕਾਂ ਨੂੰ ਕਿਸ ਚੀਜ਼ ਲਈ ਭੇਜਣਗੇ ਜੇ ਪੜਾਈ ਹੈ ਤਾਂ ਇੱਥੇ ਕਿਉਂ ਨਹੀਂ ਪੜਾਈ ਜੇ ਰੋਜ਼ਗਾਰ ਉੱਧਰ ਹੈਗਾ ਤਾਂ ਇੱਥੇ ਕਿਉਂ ਨਹੀਂ ਹੈਗਾ ਉੱਥੇ ਤਾਂ ਮਜ਼ਦੂਰੀਓ ਕਰਨੀ ਹੈ ਨਾ ਜਾ ਕੇ ਗੁਲਾਮੀ ਹੀ ਕਰਨੀ ਹੈ ਇੱਥੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਜ਼ਗਾਰ ਦਿੰਦੇ ਸੋ ਕਾਇਨ ਦਾ ਭਾਅ ਇਹ ਹੈ ਕਿ ਜੋ ਵੀ ਕਰਨਾ ਹੈ ਉਸ ਇੰਪਲੀਮੈਂਟ ਜਲਦ ਤੋਂ ਜਲਦ ਹੋਣਾ ਜਿਹੜਾ ਐਲਾਨ ਭਾਵੇਂ ਬਾਅਦ ਚ ਕਰ ਦੋ ਪਹਿਲਾ ਪ੍ਰੋਸੈਸ ਸ਼ੁਰੂ ਕਰ ਲਓ ਹਲੇ ਉਹਦੇ ਵਿੱਚ ਉਹ 36000 ਕਾਮੇ ਵਾਲਾ ਉਹ ਵਿੱਚ ਹੀ ਚੱਲ ਰਿਹਾ ਰੇਡ ਕਾ ਲਟਕਿਆ ਹੈ ਮਾਮਲਾ ਉਹ ਫਿਰ ਦੁਬਾਰੇ ਕਹਿੰਦੇ ਸਰਕਾਰ ਕਰੀਏ ਅਸੀਂ ਅਤਰਾਜ ਹਟਾ ਕੇ ਦੁਬਾਰਾ ਫਿਰ ਰਾਜਪਾਲ ਨੂੰ ਭੇਜਤੀ ਹੈ। ਮੇਰੇ ਮਾਮਲੇ ਤਾਂ ਸਾਰੇ ਵਿੱਚੇ ਲੜਕੇ ਹੋਏ ਨੇ। ਉਹ ਉਹੀ ਗੱਲ ਹੈ ਨਾ ਐਲਾਨ ਹੀ ਨਹੀਂ ਰਹਿਗੇ, ਵਾਅਦੇ ਹੀ ਰਹਿਗੇ ਬਸ। ਬਾਰ-ਬਾਰ ਆਪਾਂ ਵੀ ਐਲਾਨ-ਐਲਾਨ ਕਹਿ ਕੇ ਥੋੜਾ ਬੋਰ ਕਰ ਰਹੇ ਹਾਂ ਪਰ ਉਹਨਾਂ ਨੂੰ ਸੰਗ ਨਹੀਂ ਆਉਂਦੀ ਜਿਹੜੇ ਹਰ ਵਾਰ ਪ੍ਰੈਸ ਕਾਨਫਰੰਸ ਜਾ ਕਰਕੇ ਜਾਂ ਰੈਲੀਆਂ 'ਚ ਜਾਂ ਮੀਟਿੰਗਾਂ ਦੇ ਵਿੱਚ ਮੈਂ ਐਂ ਕਰਦਾ ਮੈਂ ਉਹ ਕਰਦਾ ਕਹੀ ਜਾਂਦੇ ਨੇ ਲੋਕਾਂ ਨੂੰ ਹੁਣ ਪਿੰਡਾਂ 'ਚ ਵੀ ਬੋਰਡ ਲੱਗੇ ਸੀ ਉਹ ਕਰਜ਼ਾ ਮਾਫੀ ਵਾਲੇ ਹਾਲਾ ਕਿ ਉਹ ਗ੍ਰਾਹਾਂ ਜਥੇਬੰਦੀ ਨਾਲ ਕਿੰਨੇ ਮੀਟਿੰਗਾਂ ਸੀ ਇੱਕ ਮੀਟਿੰਗ ਹੋਈ ਬਾਕੀ ਸਾਰੀ ਉਹ ਕੈਨਸਲ ਹੋ ਗਈਆਂ ਹੁਣ ਸੀਐਮ ਚੰਨੀ ਵੱਲੋਂ ਪੱਤਰ ਲਿਖਿਆ ਗਿਆ ਪ੍ਰਾਈਮ ਮਿਨਿਸਟਰ ਨੂੰ ਕਿ ਕਰਜ਼ਾ ਮਾਫੀ ਦੇ ਵਿੱਚ ਤੁਸੀਂ ਸਹਿਯੋਗ ਕਰੋ ਦੇਖੋ ਜੇ ਪੱਤਰ ਲਿਖਣ ਨਾਲ ਜੇ ਤੁਸੀਂ ਕਹਿੰਦੇ ਹੋ ਕਿ ਕਰਜ਼ਾ ਮਾਫੀਆਂ ਹੋ ਜਾਣਗੀਆਂ ਉਹ ਤਾਂ ਹੁਣ ਰੌਲਾ ਚੱਲ ਰਿਹਾ ਹੈ ਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਪੈਰ ਪਸਾਰਨੇ ਆ। ਹੂੰ। ਭਾਜਪੀ ਟੋਨਾ ਜਿੱਤਨੀ ਚਾਹੁੰਦੀ ਆ। ਜੀ। ਤੇ ਵਿੱਚ ਇਹ ਰੌਲਾ ਪੈ ਰਿਹਾ ਕਿ ਸ਼ਾਇਦ ਕਰਜ਼ਾ ਮਾਫੀ ਕਿਸੇ ਤਰੀਕੇ ਨਾਲ ਹੋ ਜੇ, ਵਿਆਜੇ ਮਾਫੀ ਹੋ ਜੇ। ਹੂੰ। ਤਾਂ ਉਹ ਤੋਂ ਪਹਿਲਾਂ ਇੱਕ ਚਿੱਠੀ ਲਿਖ ਕੇ ਆਪਣਾ ਬੁੱਤਾ ਸਾਰਨਾ ਕਿ ਅਸੀਂ ਚਿੱਠੀ ਲਿਖੀ ਸੀ। ਅਸੀਂ ਵੀ ਦਬਾਅ ਬਣਾਇਆ। ਤਾਂ ਭਾਜਪੀ ਨੂੰ ਫੈਸਲਾ ਲੈਣਾ ਪਿਆ। ਕੋਈ ਜੇ ਕਰ ਗਿਆ ਤਾਂ ਸਿਹਰਾ ਤਾਂ ਲੈ ਲਈਏ। ਕੁਝ ਤਾਂ ਫਰਕ ਪਊ। ਉਹ ਚੀਜ਼ਾਂ ਨੇ ਇਹ ਇਹ ਐ ਕਹਿ ਲਓ ਕਿ ਇਹਨਾਂ ਨੂੰ ਆਪ ਕਹਿ ਸਕਦੇ ਆ ਕਿ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਲਈ ਜਾਂਦੀਆਂ ਨੇ ਵੀ ਜੇ ਹੋ ਗਿਆ ਤਾਂ ਆਪਣਾ ਵੀ ਬੁੱਤਾ ਸਰਜੂਗਾ ਨਾਲ ਅਸੀਂ ਲੋਕਾਂ ਤੇ ਜਾਣ ਜੋਗੇ ਹੋ ਜਾਾਂਗੇ ਵੀ ਅਸੀਂ ਇਹ ਦੇਖੋ ਲੈਟਰ ਲਿਖਿਆ ਸੀਗਾ ਉਹਦੇ ਤੇ ਪ੍ਰਾਈਮ ਮਿਨਿਸਟਰ ਨੇ ਹਾਂ ਕਰ ਦਿੱਤੀ ਪਰ ਉਹ ਮੈਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਪਰ ਮੈਂ ਕਿਸੇ ਤਰੀਕੇ ਨਾਲ ਕੋਈ ਹੋਰ ਫੈਸਲਾ ਲੈਣ ਵੱਖਰਾ ਪਰ ਜੇ ਇਦਾਂ ਦਾ ਫੈਸਲਾ ਕੋਈ ਲੈ ਲੈਂਦਾ ਤਾਂ ਇਹ ਲੋਕਾਂ ਨੂੰ ਆਪਣੀ ਦਿਖਾਣਗੇ ਕਿ ਅਸੀਂ ਕਿਹਾ ਸੀ ਤਾਂ ਹੋ ਗਿਆ ਹੂੰ ਜੇ ਜੇ ਪੱਤਰ ਲਿਖਣ ਨਾਲ ਕਰਜ਼ੇ ਮਾਫ ਹੁੰਦੇ ਤਾਂ ਪੱਤਰ ਤਾਂ ਸਾਰੇ ਲਿਖੀ ਜਾਂਦੇ ਨੇ ਕਿੰਨੇ ਨਹੀਂ ਲਿਖਿਆ ਹੂੰ ਬਿਲਕੁਲ ਲੇਕਿਨ ਉਹਦੇ ਲਈ ਸਾਰਥਕ ਕਦਮ ਨਹੀਂ ਨਾ ਕਦੇ ਕਿਸੇ ਨੇ ਚੱਕੇ ਜੀ ਬਿਲਕੁਲ ਦੇ ਕਰਜ਼ਾ ਮਾਫ ਕਰਨਾ ਪੂਰੇ ਪੰਜਾਬ ਦਾ ਇਹ ਕਰਜ਼ਾ ਮਾਫ ਹੋ ਜਾਊਗਾ ਆਪਾਂ ਫੇਰ ਦੁਬਾਰੇ ਗੱਲ ਕਰਦੇ ਆਂ ਕਿ ਪਾਣੀ ਆਲਾ ਪੈਸਾ ਹੀ ਲੈ ਲਊ ਹੂੰ ਰਾਜਸਥਾਨ ਦਿੱਲੀ ਹਰਿਆਣਾ ਜੋ ਵੀ ਹੈਗਾ ਇਹਨਾਂ ਤੋਂ ਲੈ ਲਊ ਬੰਦਾ ਹੱਕ ਹੈ ਨਾਲੇ ਪੰਜਾਬ ਦਾ ਉਦੇ ਲਈ ਚਾਰਾ ਜੋਗੀ ਕਰ ਲੋ ਉਹਦੇ ਲਈ ਪੈਨਲ ਬਣਾ ਕੇ ਲੜ ਲੋ ਕੇਸ ਲੜ ਲੋ ਉਹ ਤਾਂ ਕਾਂਗਰਸ ਇੱਕ ਵੱਡੇ ਲੀਡਰ ਹੁਣ ਤਾਂ ਮਸ਼ਹੂਰ ਵੀ ਹੋ ਗਏ ਉਹਨਾਂ ਨੂੰ ਮਹਿਕਮਾ ਮਿਲ ਗਿਆ ਉਹ ਕਹਿੰਦੇ ਕਿ ਸਾਡੇ ਕੋਲ ਪੈਸਾ ਆਉਂਦਾ ਰਾਜਸਥਾਨ ਤੋਂ ਇਹ ਦੱਸਿਆ ਨਹੀਂ ਕਿ ਲੱਗਦਾ ਕਿਥੀ ਹੈ ਕਿਥੇ ਹੈ ਪੈਸਾ ਉਹ ਤੇ ਕਿਹੜੇ ਪੈਮਾਨੇ ਤੇ ਸਾਡੇ ਕੋਲ ਪੈਸਾ ਆਉਂਦਾ ਉਹ ਕਹਿੰਦੇ ਸਾਡੇ ਕੋਲ ਆਉਂਦਾ ਪੈਸਾ ਰਾਜਸਥਾਨ ਤੋਂ ਇਹ ਜਨਤਕ ਤੌਰ ਤੇ ਤਾਂ ਕੁਝ ਵੀ ਨਹੀਂ ਹੈਗਾ ਜਨਤਕ ਤੌਰ ਤੇ ਤਾਂ ਫੰਡ ਨਹੀਂ ਸ਼ੋਅ ਕਰ ਸਕਦੇ ਜਨਤਕ ਤੌਰ ਤੇ ਸ਼ੋਅ ਕਰ ਸਕਦੇ ਮਤਲਬ ਆਪਣੇ ਫਸਦੇ ਨੇ ਵਿੱਚ ਤਾਂ ਨਹੀਂ ਕਰਦੇ ਹੂੰ ਜੇ ਜੇ ਸੱਚੀ ਮੁੱਤੀ ਫੰਡ ਜਿਹੜੇ ਰਿਲੀਜ਼ ਹੁੰਦੇ ਨੇ ਚਾਹੇ ਸੈਂਟਰ ਦੇ ਨੇ ਚਾਹੇ ਪੰਜਾਬ ਗਵਰਨਮੈਂਟ ਦੇ ਨੇ ਜੇ ਇੱਕ ਇੱਕ ਪੈਸਾ ਉਹਨਾਂ ਦਾ ਤਰੀਕੇ ਨਾਲ ਲੱਗਿਆ ਹੋਇਆ ਹੋਵੇ ਤਾਂ ਉਹ ਪੰਜਾਬ ਦੀ ਬੈਸੀ ਨੂੰ ਹਰ ਬਦਲ ਦੇ ਪਰ ਇਹ ਪੈਸਾ ਆਉਂਦਾ ਕਿਵੇਂ ਜਿਹੜਾ ਗੱਲ ਕਰਦੇ ਨੇ ਤੇ ਕਿੱਥੋਂ ਆਉਂਦਾ ਕਿਹੜੇ ਪ੍ਰੋਸੈਸ ਰਾਹੀਂ ਆਉਂਦਾ ਕਿਸ ਚੀਜ਼ ਦਾ ਆਉਂਦਾ ਇਹ ਸ਼ੋਅ ਕਰਨ ਹੂੰ ਨੂੰ ਸੀ ਉਹ ਜਵਾਬ ਉਹਨਾਂ ਨੇ ਐ ਦਿੱਤਾ ਨਾ ਜਦੋਂ ਉਹਨੂੰ ਪੁੱਛਿਆ ਜਾਂਦਾ ਪੈਸੇ ਬਾਰੇ ਪੱਤਰਕਾਰ ਪੁੱਛਦੇ ਨੇ ਉਹ ਕਹਿੰਦਾ ਕਿ ਪੈਸਾ ਤਾਂ ਆਉਂਦਾ ਉਹ ਜਵਾਬ ਇਸ ਤਰ੍ਹਾਂ ਦਿੰਦੇ ਨੇ ਕਿ ਝੂਠ ਤੇ ਅਸੀਂ ਪਰਦਾ ਪਾ ਲਈਏ ਐਂ ਕਹਿ ਕੇ ਕਿ ਪੈਸਾ ਤਾਂ ਆ ਰਿਹਾ ਤੁਸੀਂ ਐਵੇਂ ਕਹੀ ਜਾਂਦੇ ਅਜੋ ਫਿਰ ਉਹੀ ਗੱਲ ਹੋਊਗੀ ਨਾ ਜੋ ਵੋਟਾਂ ਲੈਣੀਆਂ ਹੁੰਦੀਆਂ ਨੇ ਹੁਣ ਜੇ ਮੈਂ ਦਿੱਲੀ ਦੀ ਗੱਲ ਹੈ ਦਿੱਲੀ ਦੇ ਵਿੱਚ ਜੇ ਮੰਨ ਲਓ ਕੇਜਰੀਵਾਲ ਦਿੱਲੀ ਸਰਕਾਰ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਮੰਨ ਲਓ 1% ਆਪਾਂ ਕਿਸੇ ਦੀ ਹਮ ਹੀ ਨਹੀਂ ਇਦਾਂ ਭਰਦੇ ਤੇ 1% ਪੰਜਾਬ ਚ ਅ ਕੇਜਰੀਵਾਲ ਸਰਕਾਰ ਆ ਜਾਂਦੀ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਆ ਮੰਨ ਲਓ ਪੰਜਾਬ ਦੇ ਵਿੱਚ ਤਾਂ ਕੀ ਪੰਜਾਬ ਇਹ ਮੰਗ ਰੱਖ ਸਕਦਾ ਕਿ ਦਿੱਲੀ ਪੰਜਾਬ ਨੂੰ ਪੈਸਾ ਦਵੇ ਪਾਣੀ ਦਾ ਨੀਉਦਰਵਿੰਦ ਕੱਲ ਰਿਵਾਲ ਨੇ ਹੀ ਕਹਿਤਾ ਸੀ ਉਥੇ ਆਮ ਆਦਮੀ ਪਾਰਟੀ ਨੇ ਦਿੱਲੀ ਜਾ ਕੇ ਕਿ ਨਹੀਂ ਵੀ ਦਿੱਲੀ ਦਾ ਵੀ ਹੱਕ ਹੈ ਪੰਜਾਬ ਦੇ ਪਾਣੀਆਂ ਦਾ ਮੈਂ ਉਹੀ ਗੱਲ ਕਰਦਾ ਨਾ ਉਹ ਕਿਉਂ ਕਹਿਣਗੇ ਦਿੱਲੀ ਦੇ ਵਿੱਚ ਵੀ ਵੋਟਾਂ ਲੈਣੀਆਂ ਨੇ ਸਿਸਟਮ ਸਮਝੋ ਨਾ ਕਿ ਵੋਟਾਂ ਦਾ ਸਿਸਟਮ ਹੈ ਰਾਜਸਥਾਨ ਜਿਹੜੇ ਜਿਹੜੇ ਪੈਸਾ ਆਉਣ ਦੀ ਗੱਲ ਕਰਦੇ ਨੇ ਉਹਨਾਂ ਨੇ ਰਾਜਸਥਾਨ 'ਚ ਵੀ ਚੋਣਾਂ ਲੜਦੀਆਂ ਨੇ ਬਿਲਕੁਲ ਠੀਕ ਹੈ ਨਾ ਇਸ ਕਰਕੇ ਇੱਥੇ ਬਿਆਨਵਾਜੀ ਹੋਰ ਹੋਊਗੀ ਰਾਜਸਥਾਨ 'ਚ ਹੋਰ ਹੋਊਗੀ ਹਰਿਆਣਾ 'ਚ ਹੋਰ ਹੋਊਗੀ ਦਿੱਲੀ 'ਚ ਹੋਰ ਹੋਊਗੀ ਹੱਕ ਤਾਂ ਹੁਣ ਕੋਲੇ ਦੇ ਹੱਕ ਪੰਜਾਬ ਦਾ ਨਹੀਂ ਹੈਗਾ ਨੇ ਐਸੇ ਕਰਕੇ ਤਾਂ ਕਹਿੰਦੇ ਕਿ ਵੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਸੀ ਰੀਜIONAL ਪਾਰਟੀ ਸੀ ਉਹੋ ਗੱਲ ਕਰਦੀ ਸੀ ਪੰਜਾਬ ਦੇ ਪਾਣੀਆਂ ਦੀ ਨਹੀਂ ਜੇ ਗੱਲ ਕਰਦੀ ਸੀ ਤਾਂ ਜਿਹੜੀਆਂ ਜਿਵੇਂ ਆਪਾਂ ਕਹੇ ਲੋ ਕੁਦਰਤੀ ਜਿਹੜੇ ਸੋਰਸ ਨੇ ਕੋਲਾ ਹੋ ਗਿਆ ਜਾਂ ਸਾਕਾਂ ਦੀ ਲੱਕੜੀ ਹੋ ਗਈ ਪੱਥਰ ਹੋ ਗਿਆ ਇੰਨਾ ਹੀ ਸਮਾਨ ਹੈ ਹਾਂ ਇਹਨਾਂ ਦੇ ਵੀ ਪੰਜਾਬ ਦਾ ਵੀ ਹੱਕ ਬਣਦਾ ਨਾ ਪੰਜਾਬ ਨੂੰ ਫਿਰ ਇਹਦਾਂ ਦੀ ਸਪਲਾਈ ਫ੍ਰੀ ਕਰੋ ਜੇ ਪਾਣੀਆਂ ਦਾ ਹੱਕ ਕੁਦਰਤੀ ਸੋਰਸ ਹੈ ਪਾਣੀ ਤੇ ਪਾਣੀ ਸਭ ਨੂੰ ਜਾਣਾ ਚਾਹੀਦਾ ਠੀਕ ਹੈ ਤਾਂ ਬਾਕੀ ਲੋੜਾਂ ਵੀ ਕੁਦਰਤੀ ਦੇ ਤੌਰ ਤੇ ਜਿਹੜੇ ਸੋਰਸ ਹੈਗੇ ਨੇ ਉਹਨਾਂ ਦੀ ਲੋੜ ਪੰਜਾਬ ਨੂੰ ਤਾਂ ਪੈ ਰਹੀ ਹੈ ਬਿਜਲੀ ਪੈਦਾ ਕਰਨ ਵਾਸਤੇ ਪੈਂਦੀ ਹੈ ਬਿਲਕੁਲ ਪਾਣੀ ਤਾਂ ਇੰਟਰਨੈਸ਼ਨਲ ਲਾਅ ਮੁਤਾਬਕ ਇਹ ਧੱਕੇ ਨਾਲ ਲੁੱਟ ਰਹੇ ਨਾ ਰਾਇਪੇਰੀਅਨ ਕਾਨੂੰਨ ਹੈ ਦੂਜੇ ਸੁਬੇ ਲੈ ਨਹੀਂ ਸਕਦੇ ਹਾਂ ਇਹ ਚਲੋ ਇਹ ਵੱਖਰਾ ਵਿਸ਼ਾ ਹੋ ਜਾਂਦਾ ਪਰ ਗੱਲ ਆਪਾਂ ਇਹ ਕਰ ਰਹੇ ਸੀ ਵੀ ਜੋ ਚੋਣਾਂ ਦੀ ਗੱਲ ਹੁੰਦੀ ਹੈ ਨਾ ਵੋਟਾਂ ਦੀ ਗੱਲ ਉੱਥੋਂ ਰਾਜਨੀਤੀ ਵੀ ਵੱਖਰੀ ਹੋ ਜਾਂਦੀ ਹੈ ਚੰਨੀ ਸਾਹਿਬ ਜੇ ਕਹਿੰਦੇ ਨੇ ਕਿ ਕਰਜ਼ਾ ਕੋਈ ਨਾ ਪੀਐਮ ਨੂੰ ਚਿੱਠੀ ਲਿਖਦੀ ਏ ਤੇ ਕਰਜ਼ਾ ਮਾਫ ਉਹ ਇਦਾਂ ਨਹੀਂ ਹੁੰਦਾ ਆਪਣਾ ਲੜਾਈ ਲੜ ਲਓ ਸੱਚੇ ਦਿਨੋਂ ਲੜੋ ਕੋਰਟਾਂ 'ਚ ਜਾਓ ਖੜੋ ਸੁਪਰੀਮ ਕੋਰਟ ਜਿੰਨਾ ਕਿ ਤੁਹਾਡੇ ਹੱਥ 'ਚ ਆ ਤੁਸੀਂ ਉਨਾ ਤਾਂ ਕਰੋ ਉਹ ਉਹਦੇ ਤਹਿਤ ਲੜ ਨਹੀਂ ਸਕਦੇ ਕਾਂਗਰਸ ਕਦੋਂ ਕਹੋਗੀ ਕਿ ਲੜਨੇ ਹੈ ਪੰਜਾਬ ਦੀ ਕਾਈ ਜਾਂ ਕੇਜਰੀਵਾਲ ਕਦੋਂ ਕਹੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕਾਈ ਪਾਣੀ ਦੇ ਪੈਸੇ ਵਾਸਤੇ ਲੜੇ ਲੜਾਈ ਕਰੇ ਕਾਨੂੰਨੀ ਲੜਾਈ ਕਰੇ ਚਾਰਾ ਜੋ ਜਰੇ ਭਾਜਪਾ ਕਦੋਂ ਕਹੇਗੀ ਅਕਾਲੀ ਦਲ ਭਾਜਪਾ ਨਾਲ ਗੱਠ ਜੋੜ ਸੀ ਇਹ ਵੀ ਰੌਲਾ ਰੌਲਾ ਪਰ ਆggen ਨੂੰ ਪਤਾ ਕਿ ਹੋਣਾ ਤਾਂ ਹੈ ਨਹੀਂ ਰੋਲਾ ਪਾਣੂ ਬਸ ਗੱਲ ਤਾਂ ਇੰਨੀ ਕਹਿ ਕੇ ਜੇ ਪੰਜਾਬ ਦੇ ਕੋਲ ਬਾਕੀ ਸੋਰਸਾਂ ਦਾ ਪੈਸਾ ਲਿਆ ਜਾ ਰਿਹਾ ਇਸ ਕੁਦਰਤੀ ਸਰੋਤਾਂ ਦਾ ਤਾਂ ਪੰਜਾਬ ਨੂੰ ਵੀ ਹੱਕ ਬਣਦਾ ਕਿ ਉਹ ਵੀ ਆਪਣਾ ਪੈਸਾ ਲਵੇ ਬਿਲਕੁਲ ਤੁਸੀਂ ਪੰਜਾਬ ਕਾਂਗਰਸ ਦੀ ਗੱਲ ਕੀਤੀ ਹੁਣ ਨਵਜੋਤ ਸਿੰਘ ਸਿੱਧੂ ਪ੍ਰਧਾਨ ਨੇ ਪ੍ਰਧਾਨ ਸਾਹਿਬ ਦੀ ਆਪਣੀ ਉਹ ਘੇਰਾਬੰਦੀ ਸ਼ੁਰੂ ਹੋਗੀ ਚਾਰ ਜੋ ਮੰਤਰੀ ਨੇ ਕਾਂਗਰਸ ਦੇ ਵੱਡੇ ਦਿਗਜ ਉਹ ਜਾ ਕੇ ਕੇ ਸੀ ਬੀਨ ਗੋਪਾਲ ਨੂੰ ਮਿਲੇ ਉਹ ਪਿਛਲੇ ਦਿਨੀ ਸੁਖਜਿੰਦਰ ਰੰਧਾਵਾ ਦੀ ਵੀ ਇੰਟਰਵਿਊ ਚੱਲੀ ਸੀਗੀ ਉਹਨਾਂ ਜੀ ਚੈਨਲ ਦੇਤੇ ਉਹ ਬਕਾਇਦਾ ਤੌਰ ਤੇ ਕਹਿ ਰਹੇ ਸੀ ਕਿ ਨੀਚੇ ਦੀ ਪੈਰ ਥੱਲੇ ਬਟੇਰਾ ਨਹੀਂ ਆਉਣਾ ਜਾਨੀ ਕਿ ਜਿਹੜਾ ਸਿੱਧੂ ਨੂੰ ਕਿਹਾ ਸੀ ਵੀ ਸੀਐਮ ਦੇ ਜੀ ਦੌੜ ਚ ਹਲੇ ਪਿੱਛੇ ਆ ਤੂੰ ਹਲੇ ਨਹੀਂ ਹਨਾ ਉਥੋਂ ਰੇੜਕਾ ਚੱਲਿਆ ਥੋੜਾ ਬਹੁਤਾ ਵੀ ਮੇਰੇ ਨਾਲ ਨਾਰਾਜ਼ ਹੈ ਮੈਂ ਜਦੋਂ ਦਾ ਗ੍ਰਹਿ ਮੰਤਰੀ ਬਣਿਆ ਉਦੋਂ ਦਾ ਨਾਰਾਜ਼ ਹੈ ਡਿਪਟੀ ਸੀ ਸੀਐਮ ਬਣਿਆ ਉਦੋਂ ਦਾ ਮੈਂ ਨਾਲ ਗੱਲ ਵੀ ਘੱਟ ਵੱਤ ਹੁੰਦੀ ਆ ਜਾਨੀ ਕਿ ਆਪਸੀ ਦਰਾਰਾਂ ਜਿਹੜੀਆਂ ਹੈਗੀਆਂ ਨੇ ਉਸ ਤੋਂ ਬਾਅਦ ਐ ਕਹੋ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਤੇ ਆ ਜਿਹੜੇ ਆ 15000 2000 2000 ਦੇਵਾਂਗੇ ਸਕੂਟੀ ਦੇਵਾਂਗੇ ਉਹਦੇ ਨਾਲ ਕਾਂਗਰਸ ਹੋਰ ਜ਼ਿਆਦਾ ਘਿਰ ਗਈ ਆ ਉਹ ਫਿਰ ਜਾ ਕੇ ਤਿੰਨ ਚਾਰ ਚਾਰ ਮੰਤਰੀ ਜਿਹੜੇ ਆਪਾਂ ਕਹਿ ਲਓ ਰੰਧਾਵਾ ਭਰਤ ਪੂਸ਼ਣ ਆਸ਼ੂ ਰਾਜਾ ਬੜਿੰਗ ਪ੍ਰਗਟ ਸਿੰਘ ਖਾਸ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਮੰਨਿਆ ਜਾਂਦਾ ਸੀ ਜਾ ਕੇ ਬੇਣੂ ਗਪਾਲ ਨੂੰ ਮਿਲੇ ਨੇ ਉਹ ਤੋਂ ਜਾ ਕੇ ਸਥਿਤੀ ਕਲੀਅਰ ਕਰੀਏ ਵੀ ਜਿਹੜਾ ਲਗਾਮ ਕਸੋ ਨਵਜੋਤ ਸਿੰਘ ਸਿੱਧੂ ਤੇ ਉਹੀ ਨਵਜੋਤ ਸਿੰਘ ਸਿੱਧੂ ਜਿਹੜਾ ਜਿਹਦੇ ਨਾਲ ਆਹ ਟੀਮ ਨੇ ਰਲ ਕੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਕੈਪਟਨ ਨੂੰ ਹਟਾਇਆ ਸੀ ਆਹੀ ਹੁਣ ਉਹਦੇ ਸਿੱਧੂ ਦੇ ਵਿਰੁੱਧ ਹੋ ਕੇ ਜਾ ਕੇ ਉੱਥੇ ਮਿਲ ਰਹੇ ਨੇ ਅਸਲ 'ਚ ਮੈਨੂੰ ਉਹ ਲੱਗਦਾ ਕਿ ਇਹਨਾਂ ਦਾ ਤਾਂ ਟਾਲਣ ਦੀ ਨਾਮ ਵਰਤਿਆ ਗਿਆ ਉਹ ਤਾਂ ਹਾਈ ਕਮਾਂਡ ਤਾਂ ਕਦੋਂ ਦੀ ਚਾਹੁੰਦੀ ਸੀ ਕੈਪਟਨ ਨੂੰ ਹਟਾਉਣਾ ਬਹਾਨਾ ਦਾ ਕ੍ਰੀਏਟ ਪੈਦਾਇਸ਼ ਤਾਂ ਸਾਰਾ ਕੁਝ ਚਾਹੇ ਕੋਈ ਕਾਰਨ ਪੈਦਾ ਕਰਨਾ ਹੋਵੇ ਚਾਹੇ ਕੋਈ ਹੱਲ ਕੱਢਣਾ ਹੋਵੇ ਕਿਸੇ ਤਰੀਕੇ ਨਾਲ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਸੋਚਿਆ ਹੁੰਦਾ ਨਾ ਉਹ ਤਾਂ ਮੋਡੇ ਵਰਤੇ ਗਏ ਇਹਨਾਂ ਨੇ ਵਰਤਦੀ ਨੇ ਹੂੰ ਉਹ ਆਪਣੇ ਸਯੋਕਤਾ ਕੁਛ ਨਹੀਂ ਨਾ ਲੈਂਦੇ ਤੇ ਉਹ ਇਦਾਂ ਦੇ ਭਾਰਤ ਇਹਨਾਂ ਲੋਕਾਂ ਦੀ ਭਾਰਤੂ ਕਰਦੇ ਆ ਹੁਣ ਅਜੇ ਜੱਜ ਸਿੱਧੂ ਹਾਵੀ ਹੋ ਰਿਹਾ ਤਾਂ ਚਾਰ ਬੰਦੇ ਹੋ ਸਕਦੇ ਉਹਨਾਂ ਨੇ ਹੀ ਬੁਲਾਏ ਹੁਣ ਵੀ ਆ ਸਾਡੇ ਕੋਲ ਮੁੱਦਾ ਲੈ ਕੇ ਆਓ ਸੀਗਾ ਗੱਲ ਕਰੀ ਕੋਈ ਸਿੱਧੂ ਨੂੰ ਨੱਥ ਪਾਈ ਕਿਉਂਕਿ ਸਿੱਧੂ ਪ੍ਰੋਬਲਮ ਖੜੀਆਂ ਕਰ ਰਹੇ ਆਪਣੇ ਤੌਰ ਤੇ ਹੁਣ ਜਿਵੇਂ ਸੀਐਮ ਨੇ ਐਲਾਨ ਕਰਨੇ ਹੁੰਦੇ ਆ ਤੇ ਉਦਾਂ ਉਹ ਐਲਾਨ ਕਰਦੇ ਫਿਰ ਰਹੇ ਆ ਤੇ ਜੋ ਚੋਣ ਮਨੋਰਥ ਪੱਤਰ ਦਾ ਹੁਣ ਪਰੋਂ ਤਿਆਰ ਹੋਣਾ ਹੈ ਹਾਈ ਕਮਾਂਡ ਨੇ ਕਰਨਾ ਹੈ ਮੋਰ ਤਾਂ ਉੱਥੇ ਲੱਗਣੀ ਹੈ ਤੇ ਆਪਣੇ ਆਪ ਜਿਹੜੇ ਉਹ ਕੈਂਡੀਡੇਟ ਐਲਾਨ ਕਰੀ ਜਾਂਦੇ ਨੇ ਬਾਹਰਲੇ ਕੈਂਡੀਡੇਟ ਨਹੀਂ ਆਣੇ ਜੀ ਆਹੀ ਕੈਂਡੀਡੇਟ ਹੋਊਗਾ ਹਲਕੇ ਦਾ ਇਦਾਂ ਚਰਨਜੀਤ ਆਪਣੇ ਬੰਦਿਆਂ ਨੂੰ ਥਾਪਕੀਆਂ ਦੇ ਹੀ ਜਾਂਦੇ ਨੇ ਉਹ ਕਹਿੰਦੇ ਹੁਣ ਦੇਖੋ ਇੱਥੇ ਇੱਕ ਗੱਲ ਹੋਰ ਆਂਦੀ ਹੈ ਜਿਵੇਂ ਚਰਨਜੀਤ ਜਿੰਨੀ ਦੀ ਗੱਲ ਕਰ ਰਹੇ ਆ ਪਸੀਮ ਸਾਹਿਬ ਦੀ ਉਹ ਆ ਕੇ ਕਿਸੇ ਹਲਕੇ 'ਚ ਕਹਿੰਨੇ ਤੁਸੀਂ ਬਸ ਇਸ ਬੰਦੇ ਨੂੰ ਜਿਤਾ ਦਿਓ ਮੰਤਰੀ ਮੈਂ ਬਣਾਉਂਗਾ ਜਿਵੇਂ ਸਰਕਾਰ ਬਣੀ ਹੁੰਦੀ ਹੈ ਸੇ ਤੁਹ ਕਹਿੰਦਾ ਮੈਂ ਆਏ ਕਰ ਦੂੰਗਾ ਜਾਨੀ ਕਿ ਉਹ ਆਪਸੀ ਐਮ ਆਪਣੇ ਆਪ ਨੂੰ ਦੱਗੀ ਜਾਂਦੇ ਨੇ ਤੇ ਚਰਨਜੀਤ ਚੰਨੀ ਕਹਿੰਦੇ ਮੈਂ ਆਉਣ ਵਾਲਾ ਸੀਐਮ ਬਣੂਗਾ ਹਾਲਾਂਕਿ ਸੁਖਜਿੰਦਰ ਰੰਧਾਵਾ ਜਿਹੜਾ ਕੱਲ ਉੱਥੇ ਮਿਲ ਕੇ ਆਏ ਨੇ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਆਇਆ ਜਿਹੜਾ ਉਹ ਕਹਿੰਦੇ ਕਿ ਜਿਹੜਾ ਕਾਂਗਰਸ ਹੋਊਗੀ ਉਹ ਹੀ ਉਸੇ ਕਾਂਗਰਸ ਦੇ ਬਿਹਾਫ ਤੇ ਹੀ ਚੋਣਾਂ ਲੜੀਆਂ ਜਾਣਗੀਆਂ ਕਿਸੇ ਇੱਕ ਫੇਸ ਦੇ ਉੱਤੇ ਨਹੀਂ ਚੋਣ ਲੜੀ ਜਾਊਗੀ। ਮੈਂ ਕਲੀਅਰ ਕਰਤਾ ਹਾਂ ਉਹ ਕਲੀਅਰ ਕਰਤਾ ਉਹਨਾਂ ਨੇ ਤੇ ਉਹ ਘੇਰਾਬੰਦੀ ਹੁਣ ਤਾਂ ਸ਼ੁਰੂ ਹੋ ਗਈ ਐ ਨਮਜੋਤ ਸਿੰਘ ਸਿੱਧੂ ਦੀ ਹੁਣ ਦੇਖੋ ਜਿਹੜੇ ਹਾਈ ਕਮਾਂਡ ਐ ਉਹ ਕੈਪਟਨ ਵਾਂਗੂ ਕੋ ਫੈਸਲਾ ਲੈਂਦੇ ਐ ਸਿੱਧੂ ਬਾਰੇ ਜਾਂ ਕੋਈ ਨਵੀਂ ਚੀਜ਼ ਸੋਚ ਕੇ ਰੱਖਦੇ ਐ ਸਿੱਧੂ ਨੂੰ ਉਹ ਕਰਨ ਲਈ ਪਾਸੇ ਕਰਨ ਲਈ ਜਾਂ ਠੀਕ ਢੰਗ ਨਾਲ ਤੋੜਨ ਦੇ ਲਈ ਜੀ ਅ ਸਿਦਾਰਥ ਚਟੋਪਾデア ਡੀਜੀਪੀ ਪੰਜਾਬ ਕੀ ਹੁਣ ਫਿਰ ਉਹ ਬਦਲੇ ਜਾ ਸਕਦੇ ਨੇ ਦੇਖੋ ਨਵਾਂ ਜਿਹੜਾ ਇੱਕ ਪੈਨਲ ਆਪਾਂ ਕਹਿ ਲਓ ਨਾਵਾਂ ਦਾ ਆਇਆ ਉੱਪਰੋਂ ਤਾਂ ਉਹ ਉਹਦੇ ਵਿੱਚ ਦਿਨਕਰ ਗੁਪਤਾ ਦਾ ਨਾਮ ਭਾਵੇਂ ਸਭ ਤੋਂ ਉੱਪਰ ਹੈ ਪਰ ਕਿਉਂਕਿ ਇਹਨਾਂ ਨੇ ਮਨਾਂ ਕਰਤਾ ਸੀ ਕਿ ਮੈਂ ਨਹੀਂ ਲੱਗਣਾ ਡੀਜੀਪੀ ਦੂਜੇ ਪਾਸੇ ਦੂਜੇ ਨੰਬਰ ਤੇ ਹੈਗਾ ਅਭਾਵਰਾ ਪੀਕੇ ਭਾਵਰਾ ਤੀਜੇ ਨੰਬਰ ਤੇ प्रमोद ਕੁਮਾਰ ਦਾ ਨਾਮ ਹੈ प्रमोद ਕੁਮਾਰ ਸਿੱਟ ਦਾ ਜਿਹੜੇ ਹੈਗੇ ਮੁਖੀ ਸੀਗੇ ਉਹਨਾਂ ਦੇ ਮੈਂਬਰ ਸੀ ਉਹਦੇ ਵਿੱਚ ਤਾਂ ਉਹਨਾਂ ਨੇ ਤਾਂ ਆਪਣਾ ਨਾਂ ਪਹਿਲਾਂ ਹੀ ਡੈਪੂਟੇਸ਼ਨ ਦੇ ਲਈ ਭੇਜਿਆ ਹੋਇਆ ਸੋ ਦੋ ਨਾਮ ਕੱਟ ਗਏ ਆ ਪਿੱਛੇ ਭਾਵਰਾ ਦਾ ਨਾਮ ਰਹਿ ਜਾਂਦਾ ਤੇ ਮੇਰੇ ਖਿਆਲ ਹੁਣ ਅ ਅੱਜ ਜਾਂ ਕੱਲ ਦੇ ਵਿੱਚ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਛਟੋਪਾਦਾ ਨੂੰ ਹਟਾ ਕੇ ਨਵਾਂ ਡੀਜੀਪੀ ਪੰਜਾਬ ਨੂੰ ਮਿਲ ਜਾਏਗਾ ਤੇ ਉਹ ਹੁਣ ਕਹਿ ਲੋਗੇ ਜਿਹੜੀਆਂ ਦੂਜੀਆਂ ਆ ਆਪਾਂ ਕਹਿ ਲਓ ਜਾਂਚਾਂ ਚੱਲਦੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਬਿਆਨਬਾਜ਼ੀ ਕੀਤੀ ਜਾਂਦੀ ਸੀ ਕਾਂਗਰਸ ਦੀ ਜਿਨ੍ਹਾਂ ਦੇ ਉੱਤੇ ਮੁੱਦਿਆਂ ਨੂੰ ਜਿਨ੍ਹਾਂ ਮੁੱਦਿਆਂ ਨੂੰ ਕਹਿ ਲਓ ਆਪਾਂ ਇਹਨਾਂ ਨੇ ਬਣਾਇਆ ਸੀ ਕਿ ਆ ਪੰਜਾਬ ਦੇ ਲੋਕਾਂ ਨੂੰ ਭਾਵੁਕ ਕਰ ਲਈਏ ਚਾਹੇ ਉਹ ਨਸ਼ੇ ਦਾ ਸੀ ਚਾਹੇ ਬੇਅਦਬੀ ਦਾ ਸੀ ਚਾਹੇ ਗੋਲੀकांड ਦਾ ਸੀਗਾ ਤੇ ਉਹ ਉਹ ਫਿਰ ਹੁਣ ਦੇਖੋ ਕਿਸ ਕੰਨੇ ਬੈਠਦੇ ਆ ਉਹ ਮੁੱਦੇ ਕਿੱਧਰ ਨੂੰ ਜਾਂਦੇ ਆ ਜਾਂਚਾਂ ਕੀ ਕਹਿੰਦੀਆਂ ਨੇ ਹੁਣ ਹੱਲ ਹੋਣਗੇ ਜਾਂ ਨਹੀਂ ਹੋਣਗੇ ਚਾਰ ਜਾਂ ਤਿੰਨ ਦਿਨ ਆ ਜਿਹੜੇ ਵਿੱਚ ਰਹਿੰਦੇ ਨੇ ਕੋਡ ਆਫ ਕੰਡਕਟ ਨੂੰ ਇਹਨਾਂ ਦਿਨਾਂ ਦੇ ਵਿੱਚ ਕੋਈ ਕਾਰਵਾਈ ਹੋ ਜੇ ਹੋ ਜੇ अदरवाइज ਉਤੋਂ ਬਾਅਦ ਤਾਂ ਮੇਰੇ ਖਿਆਲ ਕੋਈ ਸ਼ਾਇਦ ਚਰਨਜੀਤ ਸਿੰਘ ਚੰਨੀ ਦੇ ਹੱਥ ਵਿੱਚ ਵਿੱਚ ਕੁਝ ਨਾ ਰਹੇ ਹਮ ਬਿਲਕੁਲ ਅਗਲੀ ਪ੍ਰਮੇਂਦਰ ਜੀ ਤੋਂ ਖਬਰਾਂ ਸਿੱਖ ਧਰਮ ਦੇ ਨਾਲ ਸੰਬੰਧਤ ਇਕ ਤਰ੍ਹਾਂ ਫਤੇਜੰਗ ਆਵਾਜ਼ਵਾ ਨੇ ਪ੍ਰਾਈਮ ਮਿੰਿਸਟਰ ਨੂੰ ਚਿੱਠੀ ਲਿਖੀ ਹੈ ਕਿ ਜੋ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਦੂਜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐ ਜੀ ਪੀ ਸੀ ਉਹਨਾਂ ਨੇ ਜੋ ਪਿਛਲੇ ਦਿਨੀ ਬਿਆਦਵੀ ਦੀ ਘਟਨਾਵਾਂ ਵਾਪਰੀਆਂ ਸੀ ਉਸ ਦੇ ਸੰਬੰਧ ਚ ਇੱਕ ਸੱਤ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਹੜਾ ਉਹ ਮੁੱਦਾ ਸੀਗਾ ਨਾ ਉਹ ਪਿੱਛੇ ਹੀ ਰਹਿ ਗਿਆ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੰਦਾ ਇੱਕ ਬੀਅਦਬੀ ਕਰਨ ਲੰਬੇ ਮਕਸਦ ਨਾਲ ਕਹ ਲੋ ਜੰਗਲਾ ਟੱਪ ਕੇ ਅੱਗੇ ਜਾਂਦਾ ਹੈ ਤਲਵਾਰ ਚੱਕ ਲੈਂਦਾ ਹੈ ਤੇ ਉਹਨੂੰ ਫੜ ਕੇ ਉੱਥੇ ਮਾਰ ਦਿੱਤਾ ਜਾਂਦਾ ਹੈ ਵੀੜ ਮਾਰਦੀ ਹੈ ਜਾਂ ਜਿਸ ਤਰ੍ਹਾਂ ਵੀ ਹੈ ਜੋ ਵੀ ਹੋਇਆ ਇੱਥੇ ਘਟਨਾ ਕਰਮ ਉਹਦੇ ਬੰਦੇ ਦੀ ਨਾ ਤਾਂ ਪਛਾਣਦਾ ਹੁਣ ਤੱਕ ਪਤਾ ਲੱਗਿਆ ਕੌਣ ਸੀ ਉਹ ਸਿੱਟੇ ਵੀ ਮਾਰ ਗਈ ਪੁਲਿਸ ਕਹਿੰਦੀ ਅਸੀਂ ਐ ਕਰ ਦਾਂਗੇ 4-7 ਦਿਨਾਂ ਦੇ ਵਿੱਚ ਪਤਾ ਕਰ ਦਾਂਗੇ 5 ਦਿਨਾਂ 'ਚ ਪਤਾ ਕਰ ਦਾਂਗੇ ਉਹ ਹੁਣ ਤੱਕ ਲਟਕਿਆ ਹੋਇਆ ਹੈ ਮਾਮਲਾ ਬਾਕੀ ਮਾਮਲੇ ਇੰਨੇ ਉਛਾਲ ਤੇ ਕਿ ਉਹ ਵਿੱਚੇ ਰਹਿ ਗਿਆ মিডিਆ ਵੀ ਚੁੱਪ ਹੈ ਬਿਲਕੁਲ ਪਤਾ ਨਹੀਂ ਕਿਹੜੀ ਕਿੱਦੜ ਸਿੰਘੀ ਸੰਘਾ ਦੇ ਜਾਂਦੀ ਹੈ ਜਥੇਬੰਦੀਆਂ ਵਿੱਚ ਚੁੱਪ ਹੂੰ ਠੀਕ ਹੈ ਐਸਜੀਪੀਸੀ ਵੀ ਚੁੱਪ ਹੁਣ ਜਾ ਕੇ ਸੱਤ ਮੈਂਬਰੀ ਕਮੇਟੀ ਹੋਰ ਬਣਾਤੀ ਉਹ ਹੁਣ ਇੱਕ ਕਮੇਟੀਆਂ ਤੇ ਕਮੇਟੀਆਂ ਕਮੇਟੀਆਂ ਜਾਂਚਾਂ ਦੇ ਜਾਂਚਾਂ ਜਿ ਸੱਟ ਤੇ ਸੱਟ ਬਣੀ ਜਾਊਗੀ ਇੱਕ ਕਮਿਸ਼ਨ ਬਣ ਜਾਣਗੇ ਜਾਨੀ ਕਿ ਇਹ ਵੀ ਲੰਬੇ ਢੰਡੇ ਵਾਸਤੇ ਚਲਾ ਗਿਆ ਮਾਮਲਾ ਹੂੰ ਬਿਲਕੁਲ ਹੋਣਾ ਤਾਂ ਘੰਟਿਆਂ ਦੇ ਵਿੱਚ ਹੋਣਾ ਚਾਹੀਦਾ ਸੀ ਕੰਮ ਹੂੰ ਜਿਹੜਾ ਜਿਹੜੇ ਨੂੰ ਇੰਨੇ ਦਿਨ ਲਗਾਤੇ ਇਹਨਾਂ ਨੇ ਹੁਣ ਦਿਨ ਤੋਂ ਬਾਅਦ ਹਫ਼ਤੇ ਹਫ਼ਤੇ ਮਹੀਨੇ ਮਹੀਨੇ ਤੋਂ ਬਾਅਦ ਸਾਲ ਲੱਗਣਗੇ ਸਾਲਾਂ ਤੋਂ ਬਾਅਦ ਫਿਰ ਇਹ ਇੱਕ ਮੁੱਦਾ ਹੋਰ ਜਿਵੇਂ ਬੇਅਦਬੀ ਦਾ ਮੁੱਦਾ ਸੀ ਤੇ ਹੁਣ ਨਵਾਂ ਮੁੱਦਾ ਇੱਕ ਇਹ ਦਾ ਕੋੜੀकांड ਦਾ ਮੁੱਦਾ ਸੀ ਬਾਬਲ ਕਲਮਾਲ ਹੁਣ ਦਰਬਾਰ ਸਾਹਿਬ ਦਾ ਉਸ ਮੁੱਦੇ ਨਾਲ ਇੱਕ ਵੱਡਾ ਮੁੱਦਾ ਇਹ ਜੁੜ ਕੇ ਚੋਣ ਮੈਨੀਫੈਸਟੋ ਦੇ ਵਿੱਚ ਆਜੂਗਾ ਉਹਦਾ ਇਨਸਾਮ ਲਿਆ ਜਾਊਗਾ ਜੀ ਉਹਨਾਂ ਨੂੰ ਫੜਿਆ ਜਾਊਗਾ ਜੀ ਹੁਣ ਆ ਬਾਤ ਹੁਣ ਕਿਹਾ ਜਾਊਗਾ ਕਿ ਫਲਾਣੀ ਪਾਰਟੀ ਨੇ ਕਰਵਾਤਾ ਫਲਾਣੀ ਪਾਰਟੀ ਨੇ ਕਰਵਾਤਾ ਹੁਣ ਇਹ ਤੇ ਸਿਆਸਤ ਹੋਣੀ ਆ ਤੇ ਉਹੀ ਚੀਜ਼ ਹੋਣੀ ਆ ਜਿਹੜਾ ਬਲਾਸਟ ਹੋਇਆ ਸੀ ਲੁਧਿਆਣੇ ਦੇ ਵਿੱਚ ਉਹਦੀ ਤਾਂ ਖੂਰਾ ਖੋਜ ਲੱਭ ਲਿਆ ਇਸ ਚੀਜ਼ ਦਾ ਕਿਉਂ ਨਹੀਂ ਲੱਭਿਆ ਇਹਦਾ ਕੋਈ ਜਵਾਬ ਨਹੀਂ ਫਿਲਹਾਲ ਲੁਧਿਆਣਾ ਹੀ ਬਲਾਸਟ ਹੋਇਆ ਦੂਜੀ ਘਟਨਾ ਠੰਡੇ ਵਾਸਤੇ ਪੈ ਗਈ ਉਸ ਤੋਂ ਬਾਅਦ ਸਿਆਸਤ ਕਿਸਾਨ ਮੋਰਚਾ ਤੇ ਬਲਾਸਟ ਠੰਡੇ ਵਾਸਤੇ ਪੈ ਗਿਆ ਸਭ ਕੁਝ ਸਾਰਾ ਕੁਝ ਪਾ ਦਿੰਦੇ ਆ ਜਵਾਬ ਤਾਂ ਉਹਨਾਂ ਤੋਂ ਮੰਗਣਾ ਚਾਹੀਦਾ ਨਾ ਜਿਹੜੇ ਜਥੇਬੰਦੀਆਂ ਆ ਕੇ ਟਾਰੇ ਮਾਰਦੀਆਂ ਨੇ ਖੜ ਕੇ ਵੀ ਆ ਹੋਣਾ ਚਾਹੀਦਾ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਐਦਾਂ ਉਹ ਕਰਦਾਂਗੇ ਉਹ ਕਰਦਾਂਗੇ ਉਹ ਉਹ ਕਿੱਥੇ ਨੇ ਹੁਣ ਜੀ ਜਿਹੜੇ 10 ਦਿਨਾਂ ਚ 5 ਦਿਨਾਂ ਚ ਇਨਸਾਫ ਦੀ ਮੰਗ ਕਰਦੇ ਸੀ ਜਾਂ ਕਹਿੰਦੇ ਸੀ ਇਨਸਾਫ ਹੋ ਜੂਗਾ ਰੱਬ ਲਿਆਵਾਂਗੇ ਜੀ ਅਸੀਂ ਉਹ ਕਿੱਥੇ ਨੇ ਉਹ ਕਿਹੜੀ ਪੁਲਿਸ ਕਿੱਥੇ ਆ ਉਹ ਜਿਹੜੀ ਇਦਾਂ ਦੀ ਗੱਲ ਕਰਦੇ ਸੀ ਜਿਹੜਾ ਮੀਡੀਆ ਲਗਾਤਾਰ ਸਾਰਾ ਦਿਨ ਉਸ ਮੁੱਦੇ ਨੂੰ ਚਲਾ ਕੇ ਰੱਖਿਆ ਜਿਨ੍ਹਾਂ ਨੇ ਟੀਵੀਆਂ ਦੇ ਉੱਤੇ ਸੋਸ਼ਲ ਮੀਡੀਆ ਤੇ ਵੱਡੀਆਂ-ਵੱਡੀਆਂ ਡਿਬੇਟਸ ਕਰਤੀਆਂ ਚੱਕ ਕੇ ਬੜੇ-ਬੜੇ ਉਹ ਗੱਲ ਉਹਨਾਂ ਨੂੰ ਹੈਡਿੰਗ ਦੇ ਕੇ ਚਲਾਈਆਂ ਖਬਰਾਂ ਤੇ ਉਹ ਹੁਣ ਕਿਉਂ ਨਹੀਂ ਖਬਰ ਚਲਾਉਂਦੇ ਸੀ ਗੱਲ ਬਿਲਕੁਲ ਹੁਣ ਚੂਣਾ ਆ ਗਈਆਂ ਹੁਣ ਚੂਣਾ ਦੇ ਵਿੱਚ ਬਾਕੀ ਹੁਣ ਪਿੱਛੇ ਪਿੱਛੇ ਫਿਰ ਰਹੇ ਨੇ ਜਿਹੜੇ ਆਹ ਕਹ ਲੋਗੇ ਜਿਨ੍ਹਾਂ ਨੇ ਜਿਨ੍ਹਾਂ ਨੇ ਲੱਤਾਂ ਮਾਰਨੀਆਂ ਨੇ ਨਾ মিডিਆ ਵਾਲਿਆਂ ਦੇ ਤੇ ਲੋਕਾਂ ਦੇ ਆ ਮੁਲਾਜ਼ਮਾਂ ਦੇ ਜਾਂ ਕਿਸਾਨਾਂ ਦੇ ਜਾਂ ਮਜ਼ਦੂਰਾਂ ਦੇ ਠੀਕ ਹੈ ਉਹਨਾਂ ਦੀਆਂ ਹੁਣ ਇੰਟਰਵਿਊ ਕਰਨੀ ਉਹਨਾਂ ਦੇ ਮਗਰ ਮਗਰ ਗੱਡੀਆਂ ਚ ਕੀ ਅੱਗੇ ਕੀ ਪਿੱਛੇ ਕੀ ਕੈਮਰੇ ਚੱਕੀ ਫਿਰ ਰਹੇ ਨੇ ਆਹ ਮੁੱਦੇ ਕਿਉਂ ਭੁੱਲ ਜਾਂਦੇ ਆ ਬਿਲਕੁਲ ਜਿਨ੍ਹਾਂ ਜਿਨ੍ਹਾਂ ਨਾਲ ਧਾਰਮਿਕ ਭਾਵਨਾਵਾਂ ਦੀ ਗੱਲ ਕਰਦੇ ਹੋ ਤੁਸੀਂ ਹੁਣ ਭਾਵਨਾਵਾਂ ਕਿੱਥੇ ਕਿੰਨੀਆਂ ਉਦੋਂ ਬਸ ਇੱਕ ਦਿਨ ਦੀ ਖੇਡ ਹੁੰਦੀ ਆ ਯਾ ਲਲਾ ਲਲਾ ਕਰਕੇ ਰੌਲਾ ਪਾ ਦੋ ਬਸ ਤੇ ਬਾਕੀ ਕੱਟੋ ਉਸ ਤੋਂ ਬਾਅਦ ਫਿਰ ਨਵਾਂ ਮੁੱਦਾ ਮਿਲ ਜਾਂਦਾ ਨਾ ਨਹੀਂ ਫਿਰ 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 ਗੁਰੂ ਸਾਹਿਬ ਦੀ ਗੱਲ ਹੀ ਨਾ ਕਰੋ ਫਿਰ ਕਿਉਂ ਕਰਦੇ ਹੋ ਫਿਰ ਤਾਂ ਲੋਕਾਂ ਵਾਂਗੂ ਤੁਸੀਂ ਆਮ ਲੋਕਾਂ ਵਾਂਗੂ ਹੋਰ ਨਾ ਮੁੱਦਿਆਂ ਵਾਂਗੂ ਇਹਨਾਂ ਮੁੱਦਿਆਂ ਨੂੰ ਲੈਣਿਓ ਤੋ ਛੱਡ ਦੋ ਗੱਲ ਨੂੰ ਕਿਉਂ ਲੋਕਾਂ ਨੂੰ ਭੜਕਾਣਿਓ ਕਿਉਂ ਲੋਕਾਂ ਦੇ ਉੱਤੇ ਐਦਾਂ ਦੱਸ ਦਿਓ ਕਿ ਅਸੀਂ ਬਹੁਤ 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 ਉਹਦੇ ਸਰਦਾ ਰੱਖਦੇ ਆਂ ਜਾਂ ਆਸਥਾ ਸਾਡੀ ਜਾਂ ਅਸੀਂ ਗੁਰੂ ਸਾਹਿਬ ਨੂੰ ਅਸੀਂ ਉਹੀ ਮੰਨਣ ਜੋਗ ਆ ਤੇ ਫਿਰ ਕਾਹਨੂੰ ਐਵੇਂ ਲੋਕਾਂ ਨੂੰ ਭੰਮੜੂ ਉਸੇ ਚ ਪਾਇਆ ਨਾ ਗੁਮਰਾ ਕਰਦੇ ਹਾਂ ਬਿਲਕੁਲ ਜੀ ਜੀ ਬਰਮਿੰਦਰ ਜੀ ਸ਼ੁਕਰੀਆ ਖਬਰਾਂ ਤੇ ਵਿਚਾਰ ਚਰਚਾ ਕਰਨ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਤਾਂ ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏ ਪਰ ਅੱਜ ਦੀਆਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕੀਤੀ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਨਾ ਚੈਨਲ ਪੰਜਾਬੀ ਤੇ ਧੰਨਵਾਦ